प्यारी साध संगत जी, साडा ये यतन निरा हास रस जां मनोरंजन ही नहीं सगों साडी बदलदी सोच ते करारा व्यंग है। अज असी इन्ने मतलब प्रस्त हो चुके हाँ कि मापियां दी सेवा भी अपने मतलब लई ही करदे हाँ। एक कौड़ा सच है कि माँ प्यो पंज पुत्र संभाल लैंदे हन पर अपनी वारी आउण ते पंजे पुत्र रल के भी माँ बाप नूं नहीं संभालदे। मतलब दे सब साख संबंधी हुंदा मतलब नाल प्यार प्रीत सलन जे लोड़ ना होवे छड़ तुर जांदे यार। इस कहानी दे पात्र बंता सिंह ने सारी जिंदगी सख्त घालना घाल के अपने तिन्ने पुत्र पढ़ाए लिखाए अते व्याहे पर उसकी त्रासदी यह है कि हुण उसके तिन्ने पुत्रां ते नूहां ने उसनू एक दूजे दे तरस ते छड़िया होया है। मतलबी नूहां पुत्रां दे अड़के आए बजुर्ग दी जिवें चरखड़ी घूमदी है। आओ सारे रल के देखिए ते सुनिए। ओए रौला नहीं, ओए चुप करके तुर आ। राजी राजी रखे। चलो भजो, चलो शाबाश, लड़ना नहीं आ। मैं क्या जजमाना, आ नौकरी कर ली हूं। आहो अफसर लग गया वा। जजमाना क्यों चेडा पे कर दे हो, अमरदाने के होने है। ओ चेडा तू करदा के मैं अकल दिया अन्या तेनू दीदा नहीं आ। झोलियां दे बोझ हेठ मैं दबिया पिया है, आखे अफसर लग गया वा। जजमाना अफसर नहीं है, ऐसे जमाना है अजकल तो जवाकों के झोले घर छड़ के आने की भी नौकरी मिलती है। ते नाले सियाने कहते हैं भी भुखा मरदा ते की ना करदा। मैं तेनू जानदा वड्डे राजा भोज नू, नाले सारे मेरे को है की नहीं होए, मैं भुखा मरन दिया वा। अजे जमाना मरदाने के होंगे है, सच्ची गल कही जाती है। अजे जमाना इस गल का तो रोना है भी जे तेरे को कुछ ना होंदा ते मेरे वांगू जिथे मर्जी रोटी खा लैंदा। संग लाई आ थाली मंग खानी जात ने। पहले ओ जजमाना, चाहे हुण मंग खानी जात के तो चाहे लुट खानी, पर तेरे नाल तो ठीक है ना। अच्छा दिन कोल्लू दे बैल वांगू गेड़े तो नहीं लाउंदे। ते बाकी रही गल खाण दी, रोटी खाण वेले जिहड़े तेरे झंडे झूलदे आ ना, ओह भी किसे तो लुके नहीं गए। चंगा मैं चलदा, असीं तां होए वेहलियां भन्नण वाले, तू तां सौ कम करने आ नूहां दे। ओ मेरा खेड़ा छड्ड, ओ तैनू रोकदा कौण आ। ਊਂ ਜਜਮਾਨਾ ਤੇਰੇ ਨਾਲ ਹੁੰਦੀ ਬਹੁਤ ਮਾੜੀ ਹੈ, ਬਈ ਤੇਰੇ ਵਰਗੀ ਤਾਂ ਖੇਤ ਪੈ ਗਧੇ ਨਾਲ ਨਾ ਹੋਵੇ। ਕੀ ਕਿਹਾ ਈ ਓਏ? ਕਹਿਣਾ ਕੀ ਆ ਜਜਮਾਨਾ, ਆ ਮਰਦਾਨੇ ਕੇ ਹੁੰਦੇ ਆ, ਆ ਸੱਚੀ ਗੱਲ ਕਹੀ ਜਾਂਦੀ ਆ। ਮਗਰੋਂ ਲੈ ਵੱਡਾ ਸੱਚ ਪੁੱਤਰ। ਓਏ ਕੀ ਕਰੀ ਜਾਂਦੇ ਹੋ, ਤੁਹਾਡਾ ਬੇੜਾ ਬਹਿ ਜੇ ਇਹੋ ਜਿਹਾਂ ਦਾ, ਮੁਕਤ ਦਾ ਖੋਤਾ ਲੱਭਾ ਇਹਨਾਂ ਨੂੰ। ਨਾ ਖਾਣ ਪੀਣ ਵੇਲੇ ਤੇ ਚਾਲ ਤੇਰੀ ਬਥੇਰੀ ਤੇਜ਼ ਹੋ ਜਾਂਦੀ ਆ, ਭੋਰਾ ਕੰਮ ਕਰਨਾ ਪੈ ਜੇ ਮਾਂ ਦੀ ਪੈ ਜਾਂਦੀ ਹੈ ਤੈਨੂੰ। ਘੰਟਾ ਹੋਇਆ ਛੁੱਟੀ ਹੋਈ ਨੂੰ ਤੇ ਬੱਚੇ ਕਦੋਂ ਦੇ ਆਏ ਨੇ ਤੇ ਤੂੰ ਹੁਣ ਆਇਆ। ਓਏ ਗੰਦਿਆ ਰਵਿਆ, ਮੈਂ ਤਾਂ ਸਿੱਧਾ ਚੋਲੇ ਲੈ ਕੇ ਘਰੇ ਹੀ ਆਉਣ ਡਿਆ ਵਾਂ, ਮੈਂ ਤਾਂ ਰਾਜ ਕਿਤੇ ਖਲੋਤਾ ਵੀ ਨਹੀਂ ਹਾਂ। ਭਾਈਆ ਤੂੰ ਖੜਾ ਤਾਂ ਸੀ ਮਰਾਸੀਆਂ ਨੇ ਬੁੜੇ ਕਾ। ਨਾ ਹੁਣ ਤੂੰ ਝੂਠ ਵੀ ਬੋਲਣ ਲੱਗ ਪਿਆ, ਤੋਲਾ ਚਾਟਾ ਨਹੀਂ ਵੇਖਦਾ ਆਪਣਾ, ਅਖੇ ਜਿੰਨੇ ਲਾਇਆ ਗੱਲੀ ਉਸੇ ਨਾਲ ਤੁਰ ਚੱਲੀ। ਉਹ ਤੇਰਾ ਬੇੜਾ ਗਰਕ ਜੇ ਇਹੋ ਜੀ ਦਾ, ਹੁਣ ਮੈਂ ਇਸ ਉਮਰ ਕਿਹਦੇ ਨਾਲ ਤੁਰ ਜਾਣਾ ਵਾ। ਨਾ ਤੇਰਾ ਕੀ ਪਤਾ ਲੱਗਦਾ, ਅੱਜ ਕੱਲ ਰੋਜ਼ ਫੋਟੋ ਛਪਦੇ ਅਖਬਾਰਾਂ ਵਿੱਚ, ਅਖੇ ਝਾੜ ਤੇ ਲਾਲ ਕੱਪੜਾ ਪਾਇਆ ਵੇਖਿਆ ਤੇ ਉਧਰ ਤੁਰ ਪਿਆ। ਉਹ ਕਾਲੇ ਮੂੰਹ ਵਾਲੀਏ, ਕਾਲੇ ਮੂੰਹ ਵਾਲੀਏ, ਓਏ ਮੇਰਾ ਨੀ ਤੇ ਆ ਬੱਗੀ ਦਾਲੀ ਦਾ ਹੀ ਖਿਆਲ ਕਰ। ਨਾ ਇਹਦਾ ਹੀ ਖਿਆਲ ਕਰਦੀ ਆ ਜਿਹੜਾ ਤੂੰ ਹਲੇ ਤੱਕ ਘਰੇ ਟਿਕਿਆ ਪਿਆ, ਨਹੀਂ ਤਾਂ ਤੇਰੇ ਵਰਗੇ ਬੁੜੇ ਨਿੱਤ ਨੂਆਂ ਤੋਂ ਜੁੱਤੀਆਂ ਖਾਂਦੇ ਆ। ਆ ਚੋਚਲੇ ਮੋਚਲੇ ਨਾ ਐਵੇਂ ਨਹੀਂ ਹੁੰਦੇ। ਚੋਚਲੇ ਮੋਚਲੇ ਮੈਂ ਕਿੱਥੇ ਕਰਨ ਦਿਆਂ ਗਿਆਨ ਕੁਰੇ, ਚੋਚਲੇ ਮੋਚਲੇ ਤਾਂ ਤੇਰੀ ਸੱਸ ਕਰ ਗਈ ਮੇਰੇ ਨਾਲ, ਉਹ ਕਾਹਦਾ ਤੁਰ ਗਈ, ਮੇਰੀ ਤਾਂ ਦੁਨੀਆ ਹੀ ਸੁੰਨੀ ਕਰ ਗਈ ਉਹ। ਇਹ ਮੂੰਹ ਜਿਹਾ ਲਟਕਾ ਕੇ ਖੜਾ ਨਾ ਹੋ, ਇੱਥੇ ਜਾ ਕੇ ਡੰਗਰਾਂ ਨੂੰ ਪਾਣੀ ਪਿਆ ਤੇ ਨਾਲੇ ਪੱਠੇ ਵੀ ਪਾ ਦੀ। ਮੈਂ ਕਿਹਾ ਗਿਆਨ ਕੁਰੇ ਹੁਣ ਕੀ ਪ੍ਰੋਗਰਾਮ ਆ? ਨਾ ਕਾਹਦਾ, ਇਹੀ ਰੋਟੀ ਪਾਣੀ ਦਾ। ਤੂੰ ਮਰਨ ਨਹੀਂ ਲੱਗਾ ਭੁੱਖ ਨਾਲ, ਰੋਟੀ ਫੇਰ ਖਾ ਲਈ,
ਪਹਿਲਾਂ ਡੰਗਰਾਂ ਨੂੰ ਕੁਛ ਪਾਇਆ, ਸਵੇਰ ਦੇ ਖੜੇ ਨੇ ਵਿਚਾਰੇ ਭੁੱਖਣ ਪਾਣੇ ਤੇ ਮੈਂ ਕਿਹੜਾ ਸਵੇਰ ਦਾ ਵਰਤ ਤੋੜਿਆ ਏ। ਮੈਂ ਵੀ ਤਾਂ ਭੁੱਖਾ ਹੀ ਮਰਨ ਦਿਆ ਵਾਂ। ਬੇੜਾ ਗਰਕ ਜੇ ਹੋ ਜੀਆਂ ਦਾ ਤੂੰ ਬੁੜਿਆ ਪਹਿਲਾਂ ਜਾ ਕੇ ਚੱਕੀ ਤੋਂ ਆਟਾ ਲੈ ਕੇ ਆ, ਪਰਸੋਂ ਦਾ ਧਰਿਆ ਪਿਆ, ਹੋਰ ਕਿਤੇ ਭੋਲਾ ਗਾਂ ਨੂੰ ਵੇਚ ਹੀ ਨਾ ਦੇਵੇ। ਉਹ ਪਹਿਲਾਂ ਡੰਗਰਾਂ ਨੂੰ ਕਹੇ ਫਾਏ ਲਾ ਦਿਆਂ, ਫੇਰ ਜਾਣਾ ਤੇਰੇ ਆਟੇ ਵੱਲੇ। ਮਾਰ ਲਿਆ ਇਹਨਾਂ ਦੇ ਕੰਮਾਂ ਨੇ। ਤੇਰਾ ਬੇੜਾ ਗਰਕ ਜੇ ਗੰਦਿਆ ਟੱਬਰਾ, ਜਿਉਂਦੇ ਜੀ ਮਾਰਨ ਤੇ ਤੁਲਿਆ। ਆਏ ਮੇਰਿਆ ਰੱਬਾ, ਲੱਤਾਂ ਗਈਆਂ ਓਏ। ਹਾਏ ਆਏ ਉਹ ਪਰਾ ਮਾਰ। ਹਾਏ ਹਾਏ ਹੋਏ ਹਾਏ, ਕਦੋਂ ਜਾਨ ਨਿਕਲਣੀ ਮੇਰੀ। ਹਾਏ ਆ ਚਾਹ ਦਾ ਘੁੱਟ ਪੀ ਕੇ ਬੰਬੀ ਤੋਂ ਅੰਬੀਆਂ ਤੋੜ ਕੇ ਲਿਆ ਦੇ। ਅੱਜ ਮੇਰੇ ਪੇਕਿਆਂ ਆਉਣਾ, ਉਹਨਾਂ ਨੂੰ ਅੰਬੀਆਂ ਦੀ ਚਟਨੀ ਬਹੁਤ ਪਸੰਦ ਆ। ਓਏ ਹੁਣੇ ਤੇ ਅਜੇ ਡੰਗਰਾਂ ਦਾ ਸਿਆਪਾ ਕਰਦਾ ਆਇਆ, ਹੁਣ ਏਡੀ ਦੂਰ ਬੰਬੀ ਤੇ ਅੰਬੀਆਂ ਲੈਣ ਜਾਵਾਂ? ਤੂੰ ਏਦਾਂ ਕਰ, ਰੋਟੀ ਤੇ ਲੂਣ ਭੁੱਕ ਕੇ ਦੇ ਦੇ, ਕੁਛ ਨਹੀਂ ਹੁੰਦਾ। ਨਾ ਮੇਰੇ ਪੇਕੇ ਰੋਜ਼ ਤੋਂ ਇੱਥੇ, ਜਿਹੜਾ ਲੂਣ ਭੁੱਕ ਕੇ ਦੇ ਦਿਆਂ ਤੇ ਨਾਲੇ ਮੈਂ ਤੈਨੂੰ ਅੰਬੀਆਂ ਲਿਆਉਣ ਨੂੰ ਕਿਹਾ, ਸਲਾਹ ਨਹੀਂ ਮੰਗੀ ਤੇਰੀ। ਮੇਰੀ ਸਲਾਹ ਇੱਥੇ ਸੁਣਦਾ ਵੀ ਕਿਹੜਾ ਵਾ? ਖੜ ਜਾ ਬੁੜਿਆ, ਨਾ ਹੁਣ ਕਿੱਧਰ ਦੀ ਤਿਆਰੀ ਕਸਦੀ ਤੂੰ? ਤੈਨੂੰ ਨੀ ਪਤਾ ਕਿ ਚੱਕੀ ਤੋਂ ਆਟਾ ਲਿਆਉਣ ਵਾਲਾ? ਕੰਮ ਦਾ ਨਾ ਕਾਸਤਾ, ਦੁਸ਼ਮਣ ਨਾ ਨਾਸਤਾ, ਕਦੇ ਕੋਈ ਕੰਮ ਟਾਈਮ ਤੇ ਵੀ ਕਰ ਮਰ ਲਿਆ ਕਰ। ਓਹੋ ਤੁਸੀਂ ਸੇਵਾ ਦਾ ਮੌਕਾ ਦਿਓ ਤਾਂ ਹੀ ਆ। ਮੇਰਾ ਵੀਰਾ ਆਉਣ ਵਾਲਾ, ਤੂੰ ਪਹਿਲਾਂ ਅੰਬੀਆਂ ਲੈ ਕੇ ਆ। ਨੀ ਤੇਰਾ ਵੀਰਾ ਜਦੋਂ ਆਊ ਤਦੋਂ ਆਊ, ਮੈਂ ਤਾਂ ਰੋਟੀ ਪਕਾਉਣ ਖਣੋ ਵੀ ਬੈਠੀ ਆ। ਨਾ ਬਿਟਰ ਬਿਟਰ ਮੇਰੇ ਵੱਲ ਕੀ ਵੇਖੀ ਜਾਂਦਾ, ਜਾ ਮਰ ਜਾ ਕੇ ਆਟਾ ਲੈ ਕੇ ਆ। ਬੁੜਿਆ ਤੂੰ ਮੈਨੂੰ ਚੰਗੀ ਤਰ੍ਹਾਂ ਜਾਣਦਾ, ਜਾ ਕੇ ਅੰਬੀਆਂ ਲੈ ਕੇ ਆ। ਉਹ ਕਿਸੇ ਨੂੰ ਅੰਬੀਆਂ ਦੀ ਪਈ ਆ, ਕਿਸੇ ਨੂੰ ਆਟੇ ਦੀ ਪਈ ਆ। ਓਏ ਮੇਰੇ ਵੱਲ ਵੀ ਵੇਖੋ, ਮੈਂ ਸਵੇਰ ਦਾ ਭੁੱਖਾ ਮਰਨ ਦਿਆ ਵਾ, ਮੇਰਾ ਕਿਸੇ ਨੂੰ ਕੋਈ ਫਿਕਰ ਨਹੀਂ ਆ। ਨਾ ਤੇਰੇ ਢਿੱਡ ਵਿੱਚ ਚੂਹੇ ਪੁੜਕਦੇ ਆ, ਹਰ ਵੇਲੇ ਭੋਖੜਾ ਹੀ ਪਿਆ ਰਹਿੰਦਾ, ਤੂੰ ਤਾਂ ਜਵਾਕਾਂ ਤੋਂ ਵੀ ਟੱਪ ਗਿਆ। ਜਾ ਪਹਿਲਾਂ ਅੰਬੀਆਂ ਲਿਆ ਕੇ ਦੇ, ਮੇਰੇ ਪੇਕੇ ਨੂੰ ਨਾ ਅੰਬੀਆਂ ਬਹੁਤ ਸਵਾਦ ਲੱਗਦੀਆਂ। ਜਾ ਨਾ ਤੈਨੂੰ ਸੁਣਾਈ ਨਹੀਂ ਦਿੰਦਾ, ਐਡਾ ਪੱਗੜ ਤੂੰ ਸਿਰ ਦੇ ਉੱਤੇ ਪਿਓ ਵਾਲਾ ਬੰਨਿਆ ਹੈ, ਇਹਨੂੰ ਮਾੜਾ ਜਿਹਾ ਤਾਂ ਕਰ ਹਾਂ ਤੈਨੂੰ ਸੁਣਾਈ ਦੇਵੇ। ਜਾ ਦਫਾ ਹੋ ਜਾ ਕੇ ਆਟਾ ਲੈ ਕੇ ਆ। ਉਹ ਜਾਨਾ ਭਾਈ ਜਾਨਾ ਵਾ, ਤੁਹਾਡੇ ਮੂੰਹ ਇੱਕ ਰਾਂ ਜਵਾਨ ਨਿਕਲ ਕੇ ਫਿਰ ਜੇ ਨਾ ਮਜਾ ਲੈ ਮੁੜ ਮੂੰਹ 'ਚ ਪੈ ਜੇ। ਤੁਸੀਂ ਏਦਾਂ ਕਰੋ, ਆਪਸ ਵਿੱਚ ਪਹਿਲਾਂ ਸਲਾਹ ਕਰ ਲਓ, ਮੈਂ ਪਹਿਲਾਂ ਕਿਹਦਾ ਕੰਮ ਕਰਾਂ। ਤੂੰ ਜਾਨਾ ਹੈ ਕਿ ਜੁੱਤੀ ਲਾਵਾਂ ਮੈਂ? ਇਹ ਲਓ ਮੈਂ ਬੈਠਾ, ਤੁਸੀਂ ਆਪਸ ਵਿੱਚ ਸਲਾਹ ਕਰ ਲਓ। ਪਹਿਲਾਂ ਮੇਰਾ ਕੰਮ ਕਰ, ਬਾਕੀ ਕੰਮ ਬਾਅਦ ਵਿੱਚ। ਨਹੀਂ ਅੰਬੀਆਂ ਦੀ ਇਹ ਕੁਝ ਲੱਗਦੀ ਹੈ, ਹੋਰ ਨਾ ਬੋਲੀ ਕਿਤੇ। ਕਿਤੇ ਨੂੰ ਕੀ, ਤੂੰ ਦਫਾ 44 ਲਗਾ ਦੇਂਗੀ? ਵੱਡੀ ਆਈ ਕੈਪਟਨ ਦੀ ਧੀ, ਨੀ ਜ਼ਿਆਦਾ ਰੋਬ ਨਾ ਦਿਖਾ ਮੈਨੂੰ, ਵੱਡੀ ਆਈ ਬਾਬੇ ਦੀ ਨੂੰ। ਮੈਂ ਤਾਂ ਨੂੰ ਹੀ ਲੱਗਦੀ ਆ, ਤੂੰ ਖਬਰੇ ਪਤਾ ਨੀ ਕੀ ਲੱਗਦੀ ਆ ਬਾਬੇ ਦੀ, ਜਿਹੜਾ ਇੰਨਾ ਹੇਜ ਕਰਦੀ ਆ ਬਾਬੇ ਦਾ। ਨੀ ਹੋਰ ਕੁਝ ਲੱਗੇ ਬਾਬੇ ਦੀ, ਤੂੰ ਰਾਮਜਾ ਦੀਆਂ ਚਾਦਰ ਪਾਲਾ ਬਾਬੇ ਤੇ, ਤੇ ਰਨ ਬਣ ਜਾ ਬਾਬੇ ਦੀ। ਧੀਏ ਮੈਂ ਕਿਉਂ ਰਨ ਬਣਾ ਬਾਬੇ ਦੀ? ਬਾਬਾ ਰਨ ਬਣਾਵੇ ਆਪਣੀ ਧੀ ਨੂੰ? ਖਬਰਦਾਰ ਕੰਜਰ ਦੀਆਂ ਨਾ ਹੁਣ ਤੇ। ਓਏ ਆਪਣੀ ਲੜਾਈ 'ਚ ਮੇਰੀ ਧੀ ਨੂੰ ਕਿਉਂ ਘੜੀਸਦੀਆਂ ਜੇ? ਅੰਦਰ ਧੀਏ ਹਰਾਮ ਧੀਏ, ਇੰਨੇ ਬਾਬੇ ਦੀ ਰਨ ਤੂੰ ਬਾਹੇ ਰਨ ਬਣਾਣੀ ਲੋਕ ਇਹ ਬੰਜਾ ਦੀ ਖਸਮ ਬਣਾਵਾ ਉਹਨੂੰ, ਫੇਰ ਪੁੱਤ ਜੀ ਦਾ ਪੁਰਖੋੜੇ ਛੱਲੇ ਦੇ ਚੱਲ ਮਰ ਜਾਵੇ। ਤੂੰ ਜਾਣਦੀ
ਜਾਣਦੀਆਂ ਤੇਰੇ ਕਿੱਸੇ ਜੋ ਜੋ ਕਰਤੂਤਾਂ ਤੂੰ ਕੀਤੀਆਂ ਨੇ ਨੀ ਤੇਰੇ ਕਿੱਸੇ ਮੈਂ ਹੀ ਛਪਾਉਂਦੀ ਰਹੀ ਆ ਨਹੀਂ ਤਾਂ ਹੁਣ ਤੱਕ ਤੂੰ ਪੇਕੇ ਬੈਠੀ ਹੁੰਦੀ ਨੀ ਨੀ ਮੇਰੇ ਕਿੱਸਿਆਂ ਦੀ ਗੱਲ ਕਰਦੀ ਏ ਔਖੇ ਛੱਜ ਤਾਂ ਬੋਲੇ ਛਾਨਣੀ ਕਾ ਬੋਲੇ ਜਿਹਦੇ ਵਿੱਚ ਆਪ 3900 ਸ਼ੇਖ ਹੁੰਦੇ ਨੇ ਨੀ ਉਹ ਜਿਹੜਾ ਤੀਜੇ ਕ ਦਿਨ ਤੇਰੇ ਪਿੰਡੋਂ ਤੁਰਿਆ ਹੁੰਦਾ ਨਾ ਤੈਨੂੰ ਮਿਲਣ ਵਾਸਤੇ ਕੌਣ ਆ ਤੇਰਾ ਬੋਲ ਹੁਣ ਬੋਲਦੀ ਕਿਉਂ ਨੀ ਕੁੱਤੀਏ ਉਹ ਤਾਂ ਮੇਰੇ ਚਾਚੇ ਦਾ ਪੁੱਤ ਹੈ ਮੇਰੇ ਠੋਲੇ ਹੋਣਾ ਨਾ ਮਾਮਾ ਚਾਚੇ ਦਾ ਪੁੱਤ ਨੀ ਕਿਹੜੇ ਚਾਚੇ ਦਾ ਪੁੱਤ ਤੇਰੇ ਸਕੇ ਚਾਚੇ ਨੂੰ ਤਾਂ ਤੁਹਾਡੇ ਘਰ ਵੜਿਆ 12 ਸਾਲ ਹੋ ਗਏ ਤੇ ਤੇਰਾ ਸਕਾ ਚਾਚਾ ਵੀ ਤਾਂ ਤੇਰੇ ਇਸੇ ਚਾਚੇ ਦੇ ਮੁੰਡੇ ਕਰਕੇ ਤੁਹਾਡੇ ਘਰੋਂ ਨਾ ਹਟਿਆ ਸੀਗਾ ਜੁੱਤਮ ਜੁੱਤੀ ਹੋ ਕੇ ਨੀ ਨਖਸਮੀਏ ਮੇਰਾ ਮੂੰਹ ਨਾ ਖੜਾ ਬੁੜਾ ਕੋਲ ਬੈਠਾ ਈ ਤੁਸੀਂ ਭੁੱਲ ਜਾਓ ਬਾਬੇ ਨੂੰ ਤੁਸੀਂ ਆਪਣਾ ਕੰਮ ਜਾਰੀ ਰੱਖੋ ਨੀ ਤੇ ਮੈਂ ਬਾਪੀ ਨਾ ਤਾਂ ਮੱਚ ਜਾਏਗੀ ਤੂੰ ਸੱਤੀ ਕਪੜੀ ਜੇ ਤੇਰੇ ਜੰਮਣ ਵਾਲਿਆਂ ਨੂੰ ਪਤਾ ਨਾ ਲੱਗਦਾ ਤਾਂ ਅੱਜ ਤੂੰ ਇਸ ਘਰ ਨਾ ਹੁੰਦੀ ਨੀ ਚਬਲੇ ਕੌਣ ਰੋਕਦਾ ਮੈਨੂੰ ਇਸ ਘਰੋਂ ਆਉਣੋ ਨੀ ਉਹੀ ਜਿਹਦੇ ਨਾਲ ਘਰੋਂ ਭੱਜੀ ਸਾਂ ਨਾ ਤੇਰੇ ਜੰਮਣ ਵਾਲਿਆਂ ਨੂੰ ਪਤਾ ਲੱਗ ਗਿਆ ਤਾਂ ਫੜ ਲਿਆ ਤੈਨੂੰ ਸਟੇਸ਼ਨ ਤੇ ਟਿਕਟਾਂ ਲੈਂਦੀ ਨੂੰ ਨਹੀਂ ਤਾਂ ਹੁਣ ਤੱਕ ਤੂੰ ਬਿਹਾਰ 'ਚ ਹਮਕੋ ਤੁਮਕੋ ਕਰਦੀ ਫਿਰਦੀ ਖੜ ਜਾ ਤੈਨੂੰ ਤੇ ਮੈਂ ਕਰਵਾਉਣੀ ਆ ਹਮਕੋ ਤੁਮਕੋ ਧੀ ਤਾਂ ਤੂੰ ਉਸੇ ਪਿਓ ਦੀ ਏ ਨਾ ਜਿਹੜਾ ਗੋਲਕ ਚੋਂ ਪੈਸੇ ਕੱਢਦਾ ਫੜਿਆ ਗਿਆ ਸੀ ਬੱਲੇ ਨੀ ਸਭ ਕਰਦੀ ਏ ਧੀਏ ਨੀ ਪਹਿਲਾਂ ਆਪਣੀ ਪੀੜੀ ਥੱਲੇ ਤਾਂ ਸੋਟਾ ਫੇਰ ਲੈ ਪਿਓ ਤੇਰਾ ਜੇਬਾਂ ਕੱਢਦਾ ਫਿਰਦਾ ਬੱਸਾਂ 'ਚ ਨਾ ਤੀਏ ਦਿਨ ਰੱਸੇ ਨਾਲ ਬੰਨ ਕੇ ਬਾਇਆ ਹੁੰਦਾ ਸਾਹਨੇ ਵਾਲ ਬੱਸ ਅੱਡੇ 'ਚ ਆਖੇ ਕੁੱਕੜ ਖੇ ਖਿੰਡਾਈ ਤੇ ਆਪਣੇ ਸਿਰ ਵਿੱਚ ਪਾਈ ਉਹ ਜੇ ਤੀਵੀਂ ਜਾਤ ਨੂੰ ਇੱਕ ਦੂਜੀ ਦਾ ਭੇਤ ਪਹੁੰਚਾਉਣਾ ਆ ਜੇ ਤਾਂ ਅੱਧੀ ਲੜਾਈ ਨਾ ਮੁੱਕ ਜੇ ਕਿਵੇਂ ਖਿੱਦੋ ਫਰੋਲਿਆ ਸੋਹਰੀ ਦਿਆਂ ਇੱਕ ਦੂਜੇ ਦਾ ਗੱਲ ਸੁਣੋ ਵੱਡਿਆ ਤੇਰੀ ਮੱਤ ਨੂੰ ਚੂਹੇ ਤੇ ਨਹੀਂ ਕੁਤਰ ਗਏ ਕਿਉਂ ਕੀ ਹੋਇਆ ਮੇਰੀ ਮੱਤ ਨੂੰ ਉਹ ਤੇਰੇ ਸਾਹਮਣੇ ਗੁੱਤਮ ਗੁੱਤੀ ਹੋਈਆਂ ਪਈਆਂ ਸੀ ਤੇ ਤੂੰ ਮੋਏ ਨਾਲ ਤਮਾਸ਼ਾ ਵੇਖਣ ਦਿਆ ਉਹਨਾਂ ਦਾ ਉਹ ਤਮਾਸ਼ਾ ਮੈਂ ਇਕੱਲਾ ਵੇਖਣ ਦਿਆ ਸੀ ਸਾਰਾ ਚਮਾਰੇ ਤੇ ਵੇਖਣ ਦਿਆ ਸੀ ਤਮਾਸ਼ਾ ਮੈਨੂੰ ਤਾਂ ਹੁਣ ਪਤਾ ਲੱਗਾ ਇਹਨਾਂ ਦੀਆਂ ਗੱਲਾਂ ਦਾ ਓਏ ਹੁਣ ਕਿਹੜੀਆਂ ਨਵੀਆਂ ਗੱਲਾਂ ਦਾ ਪਤਾ ਲੱਗ ਗਿਆ ਤੈਨੂੰ ਮੈਂ ਤੇ ਪੁੱਤ ਕੱਢ ਦਿੰਦਾ ਇਹਨਾਂ ਦੇ ਵੱਟ ਉਹ ਕਾਹਦੇ ਵੱਟ ਕਿਹਦੇ ਕੱਢਣੇ ਸੀ ਤੂੰ ਉਹ ਇਹਨਾਂ ਦੇ ਮਾਪਿਆਂ ਦੇ ਹੋਰ ਕਿਹਦੇ ਨਾ ਆਪਣੇ ਵੱਟ ਤਾਂ ਸਾਰੀ ਉਮਰ ਤੇਥੋਂ ਨਿਕਲੇ ਨਾ ਦੂਜਿਆਂ ਦੇ ਵੱਟ ਕੱਢੋ ਨਾ ਠੇਕੇਦਾਰ ਬਣੀ ਫਿਰਦਾ ਉਹ ਕੁਝ ਦੱਸੇਗਾ ਵੀ ਹੁਣ ਗੱਲ ਕੀ ਹੋਈ ਆ ਬਸ ਟੱਕੀ ਰਿੱਜੇ ਤੇ ਕੋਈ ਨਾ ਬੁੱਝੇ ਓਏ ਉਹ ਤਾਂ ਮੂਰਖ ਨਿਕਲੀਆਂ ਮੈਂ ਥੋੜੀ ਮੂਰਖ ਆ ਬਾਕੀ ਜੇ ਮੈਂ ਤੁਹਾਨੂੰ ਕੁਝ ਦੱਸ ਵੀ ਦਵਾਂ ਨਾ ਤੁਹਾਡੇ ਤੋਂ ਕੁਝ ਨਹੀਂ ਹੋਣਾ ਰੰਨਾ ਦੇ ਗੁਲਾਮੋ ਹੋਰ ਵੀ ਕਹਿ ਲਾ ਜੇ ਕੁਝ ਬਾਕੀ ਰਹਿ ਗਿਆ ਤਾਂ ਤੂੰ ਸਾਨੂੰ ਜਿੰਨੀ ਮਰਜ਼ੀ ਉਂਗਲ ਲਾ ਲਾ ਤੇਰੇ ਪਿੱਛੇ ਲੱਗ ਕੇ ਅਸੀਂ ਆਪਣੇ ਘਰ ਥੋੜੀ ਖਰਾਬ ਕਰ ਲੈਣੇ ਆ ਓ ਚੌਰਿਆ ਜੇ ਤੈਨੂੰ ਕੰਮ ਕਹਿੰਦੀਆਂ ਤੇ ਕਰ ਦਿਆ ਕਰ ਘਰ ਦਾ ਕੰਮ ਕਰਦਿਆਂ ਮਰ ਨਹੀਂ ਜਾਂਦਾ ਬੰਦਾ ਐਡੀ ਵੱਡੀ ਦੇਹ ਆ ਹੋਰ ਦੋ ਚੌਂ ਸਾਲਾਂ ਨੂੰ ਮਿੱਟੀ ਹੋ ਜਾਣੀ ਆ ਜੇ ਇਹਨੂੰ ਕੋਈ ਕੰਮ ਕਹਿ ਦੋ ਨਾ ਤੇ ਸਾਨੂੰ ਦੋਵਾਂ ਨੂੰ ਲੜਾ ਕੇ ਆਪ ਨਜ਼ਾਰੇ ਲੈਂਦਾ ਸਾਰਾ ਦਿਨ ਵਿਹਲਾ ਪਿੰਡ ਵਿੱਚ ਘੁੰਮਦਾ ਰਹਿੰਦਾ ਲੰਡਾ ਚਿੜਾ ਪਹਾੜ ਦੇ ਡੇਰੇ ਅਸੀਂ ਭੋਰਾ ਕਿਹਨੂੰ ਕੰਮ ਨੂੰ ਕਿਹਾ ਤਾਂ ਸਾਨੂੰ ਲੜਾ ਕੇ ਹੀ ਹਟਿਆ ਚੌੜਾ ਮੈਂ ਕਿਹਾ ਪਿੰਡੋਂ ਮੇਰੇ ਵੀਰ ਨੇ ਆਉਣਾ ਤੇ ਮੈਨੂੰ ਖੇਤੋਂ ਅੰਬੀਆਂ ਤੋੜ ਕੇ ਲਿਆ ਦੇ ਤੇ ਮੈਨੂੰ ਅੱਗੋਂ ਕਹਿੰਦਾ ਰੋਟੀਆਂ ਉੱਪਰ ਲੂਣ ਤੋੜ ਕੇ ਉਹਨਾਂ ਨੂੰ ਖਵਾ ਦੇ ਤੇ ਮੈਂ ਆਟੇ ਲਈ ਕਹਿਤਾ ਅਲੀ ਅਲੀ ਕਰਕੇ ਮੈਨੂੰ ਪੈ ਹੀ ਗਿਆ ਕਿੱਥੇ ਪੈ ਗਿਆ ਮੈਂ ਵੀ ਕਰਤੂਤਾ ਜਾਣਦਾ ਅੱਜ ਕੱਲ੍ਹ ਮੁਸ਼ਕਿਆ ਫਿਰਦਾ ਇਹ ਤਾਂ ਅਸੀਂ ਸਮਝਦਾਰੀ ਨਾਲ ਟਾਈਮ ਕੱਟੀ ਜਾਂਦੀ ਆ ਨਹੀਂ ਤਾਂ ਇਹ ਤਾਂ ਸਾਨੂੰ ਮਿੰਟ ਨਾ ਲਾਵੇ ਘਰੋਂ ਕਢਾਉਣ ਨੂੰ ਗੱਲ ਸੁਣੋ ਚੌਰਿਆ ਤੂੰ ਹੈਗਾ ਮੇਰਾ ਪਿਓ ਆ ਨਹੀਂ ਤੇ ਲੱਤਾਂ ਪਾਉਂਦਿਆਂ ਤੇਰੀਆਂ ਪਹਿਲਾਂ ਖੇਤੋਂ ਜਾ ਕੇ ਅੰਬੀਆਂ ਤੋੜ ਲਿਆਉਂਦਾ ਆਉਂਦਾ ਹੋਇਆ ਚੱਕੀ ਤੋਂ ਆਟਾ ਚੁੱਕੀ ਆਉਣੋ ਇਹ 15 ਮਿੰਟਾਂ ਦੇ ਕੰਮ ਨਹੀਂ ਸਾਰੇ ਕੋਈ ਨੀ ਪੁੱਤਰੋ ਜਿਹੜੀ ਦੁਰਦਸ਼ਾ ਤੁਸੀਂ ਮੇਰੀ ਕਰਨ ਦੇ ਜੇ ਨਾ ਆਉਣ ਵਾਲੇ ਸਮੇਂ ਤੁਸੀਂ ਵੀ ਤਿਆਰ ਰਹੋ ਉਹਦੇ ਭੌਂਕਣ ਦੀ ਲੋੜ ਨਹੀਂ ਤਾਂ ਬਿੱਲ ਫੜ ਬਿਜਲੀ ਦਾ ਤੇ ਤਾਰ ਕੇ ਆ ਜਾ 2 ਵੱਜਣ ਵਾਲੇ ਆ ਆਓ Thank you.
ਕਿੱਥੋਂ ਹੋਣੀ ਹੈ ਮੇਰੇ ਮਗਰ ਆ ਗਈ ਹੈ मैं बड़ा दुखी हो गया बड़ा दुखी किया तू मेनू ए तो दस भी गल की हो गई जेड़ा तू मारन तैयार हो गया ਉਹ ਪ੍ਰਤਾਪੀਏ ਮੈਨੂੰ ਮਾਰ ਲਿਆ ਮੇਰੀ ਗੰਦੀ ਔਲਾਦ ਨੇ ਜਦ ਦੇ ਜੰਮਿਆ ਸਾਲਿਆਂ ਨੇ ਧੋਖੀ ਦੁੱਖ ਦਿੱਤੇ ਮੈਨੂੰ ਤਾਂ ਇਹ ਬੰਦਾ ਬੰਦੇ ਦਾ ਧਾਰੂ ਹੁੰਦਾ ਹੈ ਐਂ ਮਰਨ ਲਈ ਤਿਆਰ ਹੋ ਜਾਈਦਾ ਤੂੰ ਮੈਨੂੰ ਇੱਕ ਵਾਰੀ ਦੁੱਖ ਦੱਸ ਫੇਰ ਦੇਖ ਪ੍ਰਤਾਪੀ ਦਾ ਪ੍ਰਤਾਪ ਮੈਂ ਤਾਂ ਢਾ ਦੂੰ ਪੁੱਲ ਪ੍ਰਤਾਪੀਏ ਦੁੱਖ ਇੱਕ ਹੋਵੇ ਤਾਂ ਦੱਸਾਂ ਮੈਂ ਤਾਂ ਦੁੱਖਾਂ ਨਾਲ ਨੱਕੋ ਨੱਕ ਭਰਿਆ ਪਿਆ ਵੇ ਤੂੰ ਦੱਸ ਤਾਂ ਸਹੀ ਮੈਂ ਤਾਂ ਢਾ ਦਵਾਂ ਪੁੱਲ ਪਹਿਲਾਂ ਪਾਲੇ ਤੇ ਪੜਾਏ ਫਿਰ ਤਿੰਨੇ ਮੈਂ ਵਿਆਹੇ ਹੁਣ ਨੂੰਹਾਂ ਵਿੱਚ ਲੱਗ ਕੇ ਭਜਾਈ ਰੱਖਦੇ ਮੇਰੀ ਸਾਰਾ ਦਿਨ ਤੈਨੂੰ ਮੇਰੀ ਥਾਂ ਤੇ ਹੋਵੇ ਨਾ ਤੈਨੂੰ ਮੈਂ ਫੇਰ ਪੁੱਛਾ ਕੇ ਪੁੱਲ ਢਹਿੰਦੇ ਕਿਵੇਂ ਆ ਤੂੰ ਤਾਂ ਭਾਈ ਐਸ਼ ਕਰਦੀ ਐ ਐਸ਼ ਕਰਨ ਨੂੰ ਵੀ ਦਿਲ ਚਾਹੀਦਾ ਦਿਲ ਤੇ ਤੂੰ ਐ ਬੁੱਝ ਦਿਲ ਮੈਂ ਤਾਂ ਢਾ ਦੇਵਾਂ ਪੁੱਲ ਤੇ ਤੂੰ ਮੇਰੇ ਹੁੰਦਿਆਂ ਹੀ ਫਿਕਰ ਕਰੀ ਜਾਂਦਾ ਵਿੱਚ ਚਿੱਬੜਾਂ ਵਰਗੀਆਂ ਤੇਰੀਆਂ ਨੂਹਾਂ ਜਿਨ੍ਹਾਂ ਤੋਂ ਡਰਦਾ ਡਰ ਕੀ ਜਾਂਦਾ ਹੈ ਨੂਹਾਂ ਮੈਂ ਚੱਲੇ ਪ੍ਰਤਾਪੀ ਬੇ ਹੁਣ ਕੀ ਹੋ ਗਿਆ ਗੱਲ ਤਾਂ ਸੁਣ ਮੇਰੀ ਲੈ ਹੁਣ ਫੇਰ ਦੌਰਾ ਪੈ ਗਿਆ ਇਹਨੂੰ ਬੈਠ ਕੇ ਗੱਲ ਕਰ ਹੁਣ ਦੱਸ
वेख प्रतापीए मैं तेरे पिछे लाके अपना बांदर लंडा करवाना। वे बस कर, अगे तेरे बांदर दी पूछ नू बड़े घुंगरू बने हुए। मेरी जान ते बनी आ, तैनू मखौल सुजन डए ने। मैं तो सोचदी सी भी तू बुझदे नहीं है, तेरे तो दिमाग का पत्ता भी साफ ही है। वेख ला प्रतापीए, तो भी दिन हुंदे सी, काला कुर्ता चिट्टा चादरा पैर तिले वाली जुत्ती जां तुरले वाली पग बन के पिंड च गेड़ी दिंदा सी ना, ते तेरे वर्गियां नड्डियां मैनू आने बाने वेखण आउंदियां सी। हुण जे तू बहुत ही चातर है ना, ते तू ही दिमाग लड़ा। वे मैं तां ढा देवां पुल। अच्छा जे तेरी पहला वाली टौर बना दियां तां मन्नेगा प्रतापी दे प्रताप नू? प्रतापीए मनू क्यों ना, मैं तां तेरी जुत्ती च पाणी पीऊं। तैनू रब मनू, तैनू सब कुछ मनू प्रतापीए। अच्छा तेरी बैंक वाली कापी कित्थे आ? अखे डुब्बा तां जे साह नहीं आया। कापी ते हैगी प्रतापीए, पर पहिए विच 80 आ। अस्सी तो है गई आ। बस फिर मैं तो ढा दे पुल। हुण तू देखी प्रतापी दे प्रताप नू, जिवें मैं कही जावा उवें करी जाई। मैं क्या एक बारी कह के ते वेख। चल आफे दसा। अज बड़े लिशकंडे जे, जिदा मकलावे जाना हुंदा, खैर नहीं लगदी। की गल, बड़ियां शक्की निगाह नाल वेखदा पिया। मुकलावे आके तां पहलां ही तर गई, फिर मर गई खेतां च रोटियां ढोंदी। सियाणे सच ही आंदे आ, जनानी च 300 पैर चलित्र हुंदे आ। जे किते टक्करी हुंदी ना चलित्रां वाली,
ते फेर तेनू पता लग जाना सी चलित्र की आ। तेरा भला हो जाए तेरा। मैं क्या भाई ज्ञान कुरे ओ ज्ञान कुरे ले तेरे नाल वाद प्यार नाल तां ओ आवाजा मारदा तां ही ओदी इन्नी इज्जत करदी तू ये तां मेरी जान दा वैरी आ वैरी ओए एदा नहीं आखीदा हुंदा तन्नू सोहरा वा तेरा सोहरा मेरा तां दिल करदा एहो जे सोहरे नूं मंडी वेचां वा ओ क्यों चार पैसे मिल जाणगे ओए एदा नहीं आखीदा हुंदा एक कम होर ना करिए की क्यों ना मेरे सोहरे नूं मंडी वेच आईए ਉਹਦਾ ਮਾਡਲ ਵਾਵਾ ਉੱਚਾ ਹੈ ਨਾਲੇ ਪੈਸੇ ਚਾਰ ਵੱਧ ਵਰਤੇ ਜਾਣਗੇ ਮੈਂ ਕਿਹਾ ਗਿਆਨਪੁਰੇ ਆਈਆਂ ਆਈਆਂ ਇੱਕ ਤਾਂ ਇਹਨੇ ਪਤਾ ਨਹੀਂ ਮੇਰਾ ਖੜਾ ਕਦੋਂ ਛੱਡਣਾ ਚੱਲ ਜਾ ਸੁਣਿਆ ਗੱਲ ਕੋਈ ਨਾ ਕੀ ਗੱਲ ਆ ਹਰ ਵੇਲੇ ਰੋਲਾ ਹੀ ਪਾਇਆ ਹੁੰਦਾ ਤੂੰ ਉਹ ਮੈਂ ਪੁੱਛਣ ਲਿਆ ਵੀ ਰੋਟੀ ਪੱਕੀ ਆ ਨਾ ਜਿਹੜੀ ਪੈਨਸ਼ਨ ਲਿਆ ਕੇ ਮੇਰੇ ਹੱਥ ਤੇ ਧਰਦਾ ਹੈ ਨਾ ਉਹਦਾ ਇੱਕ ਨੌਕਰ ਰੱਖ ਦੇ ਤਾਂ ਜੋ ਸਾਰੇ ਘਰ ਦਾ ਕੰਮ ਕਰ ਦਿਆ ਕਰੇ ਤੇ ਮੈਂ ਤੇਰੇ ਵਾਸਤੇ ਰੋਟੀਆਂ ਲਾਉਂਦੀ ਰਿਹਾ ਕਰਾਂ ਹਰ ਵੇਲੇ ਭੁੱਖੜਾ ਹੀ ਪਿਆ ਰਹਿੰਦਾ ਵੱਡੇ ਜੈਲਦਾਰ ਨੂੰ ਉਹ ਚੰਗਾ ਭਾਈ ਜਦੋਂ ਮਰਜ਼ੀ ਪਕਾ ਲਈ ਮੈਂ ਉਹਨੀ ਦੇਰ ਫਿਰ ਨਹਾ ਲੈਂਦਾ ਵਾਂ ਬਾਬੇ ਦੇ ਬੋਝੇ ਵਿੱਚ ਕੀ ਆ ਬੈਂਕ ਦੀ ਕਾਪੀ ਤੇਜੋ ਨੀ ਤੇਜੋ ਕੀ ਗੱਲ ਭੈਣੇ ਅੱਜ ਬੜੀ ਖੁਸ਼ ਆ ਨੀ ਬੂੜੇ ਨੇ ਸਾਨੂੰ ਅੱਜ ਤੱਕ ਬੈਂਕ ਦੀ ਕਾਪੀ ਦਿਖਾਈ ਨਹੀਂ ਪਰ ਅੱਜ ਆਇਆ ਹੀ ਊਂਟ ਪਹਾੜ ਦੇ ਥੱਲੇ ਨੀ ਉਹ ਕਿੱਦਾਂ ਨੀ ਬੁੜਾ ਨਹਾਉਂਦਾ ਸੀ ਗੁਸਲਖਾਨੇ ਵਿੱਚ ਹਾਏ ਤੂੰ ਬਾਬਾ ਨਹਾਉਂਦਾ ਵੇਖਿਆ ਨਹੀਂ ਨਹੀਂ ਉਹ ਨਹਾਉਂਦਾ ਸੀ ਗੁਸਲਖਾਨੇ ਵਿੱਚ ਤੇ ਆਪਣਾ ਕੁਰਤਾ ਭੁੱਲ ਗਿਆ ਮੰਜੇ ਤੇ ਬਾਹਰ ਹੀ ਲੈ ਤੇ ਉਹਦੇ ਕੁਰਤੇ ਵਿੱਚ ਕਿਹੜਾ ਲਾਲ ਪਏ ਹੋਣੇ ਨੰਗ ਦੇ ਨਹੀਂ ਨਹੀਂ ਲਾਲ ਤਾਂ ਨਹੀਂ ਪਏ ਪਰ ਬੁੜੇ ਦੇ ਜੇਬੇ 'ਚ ਨਾ ਮੈਂ ਬੈਂਕ ਵਾਲੀ ਕਾਪੀ ਆਪ ਵੇਖੀ ਆ ਅੱਛਾ ਆਹੋ ਤੇ ਫਿਰ ਸੋਚਦੀ ਕੀ ਹੈ ਭੈਣੇ ਚੱਲ ਅੱਜ ਆਪਾਂ ਬੁੜੇ ਦੀ ਕਾਪੀ ਦੇਖਣੀ ਤੇ ਦੇਖਣੀਆਂ ਹੀ ਹੈ ਭਾਵੇਂ ਧੱਕੇ ਨਾਲ ਹੀ ਸਹੀ ਨੀ ਬੁੜੇ ਦੇ ਮੁੰਡੇ ਤਾਂ ਜਮਾਂ ਹੀ ਡਰਪੋਕੇ ਅੱਜ ਆਪਾਂ ਹੀ ਵੇਖੀਏ ਜੇ ਤੇ ਬੁੜੇ ਦੇ ਪੱਲੇ ਕੁਝ ਹੈਗਾ ਤਾਂ ਰੋਟੀਆਂ ਦੇਈਏ ਨਹੀਂ ਤੇ ਮਾਰੀਏ ਚਾਰ ਛਿੱਤਰ ਤਾਂ ਭਜਾਈਏ ਘਰੋਂ ਚੱਲੀਏ ਫਿਰ ਚੱਲ 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 ਸੋਚਦੀ ਕੀ ਆ ਤੇਜੋ ਤੂੰ ਇਹ ਕਰ ਬਾਬੇ ਦਾ ਧਿਆਨ ਰੱਖ ਤੇ ਮੈਂ ਬੈਂਕ ਦੀ ਕਾਪੀ ਚੈੱਕ ਕਰਦੀ ਹਾਂ ਜਾ ਜਾ ਫਟਾਫਟ ਠੀਕ ਹੈ ਬਾਬਾ ਨਹਾਉਣਾ ਹੈ ਨਹੀਂ ਭੰਗੜਾ ਪਾਉਣ ਡਿਆ ਵਾ ਨਾ ਹੋਰ ਦੱਸ ਕੰਜਰ ਦੀ ਗੁਸਲਖਾਨੇ 'ਚ ਕੀ ਕਰੀਦਾ ਕਿੰਨੀ ਕੁ ਦੇਰ ਲਾਉਣੀ ਏ ਕੀ ਗੱਲ ਕੋਈ ਕੰਮ ਆ ਪੰਜ ਕੁ ਮਿੰਟ ਤਾਂ ਲੱਗ ਹੀ ਜਾਣਗੇ ਮੈਂ ਕਿਹਾ ਉੱਠੋ ਜੀ ਅਸੀਂ ਤਾਂ ਲੁੱਟੇ ਚੱਲੇ ਸੀ ਉਹ ਹੋਇਆ ਕੀ ਆ ਦੱਸੇਂਗੀ ਵੀ ਉਹ ਕਿਹਨੇ ਲਾ ਲਈਆਂ ਤੇਰੀਆਂ ਡੰਡੀਆਂ ਕੌਣ ਲੱਗਾ ਸੀ ਤੈਨੂੰ ਲੁੱਟਣ ਹਾਏ ਹਾਏ ਅਸੀਂ ਤਾਂ ਆਪਣੀ ਹਾਲੀ ਲੁੱਟੇ ਚੱਲੇ ਸੀ ਮੈਂ ਕਿਹਾ ਬਾਬੇ ਦੀ ਕਾਪੀ ਦੇਖੀ ਆ ਬੈਂਕ ਵਾਲੀ ਉਹ ਖੋਦਿਆ ਪਾੜ ਤੇ ਨਿਕਲਿਆ ਚੂਹਾ ਵੀ ਨਹੀਂ ਬੁੜੇ ਕੋਲ ਕੀ ਹੋਣਾ ਬੈਂਕ ਵਾਲੀ ਕਾਪੀ ਚ 80,000 ਆ 80,000 80,000 ਅੱਛਾ ਇਹ ਗੱਲ ਸੀ ਮੈਂ ਵੀ ਕਹਾਂ ਬੁੜਾ ਬੈਂਕ ਦੀ ਕਾਪੀ ਲੁਕੋ ਲੁਕੋ ਕਿਉਂ ਰੱਖਦਾ ਆਪਾਂ ਤਾਂ ਭੁੱਲੇ ਹੀ ਰਹੇ
ਐਵੇਂ ਵਿਚਾਰੇ ਨੂੰ ਤੰਗ ਕਰਦੇ ਰਹੇ। ਜੇ ਕਿਤੇ ਕਿਸੇ ਖੂਹ ਖਾਤੇ ਪੈ ਜਾਂਦਾ। ਸਾਡਾ ਤਾਂ 40-40 ਹਜ਼ਾਰ ਗਿਆ ਸੀ ਨਾ। ਉਹ ਤੂੰ ਤੇ ਪਾਗਲ ਆ, ਤੈਨੂੰ ਤੇ ਪਤਾ ਹੀ ਨਹੀਂ ਸਹੁਰਾ ਹੱਥ 'ਚ ਕਿਵੇਂ ਰੱਖਣਾ, ਖਾਸ ਕਰਕੇ ਉਦੋਂ ਜਦੋਂ ਸਿਰ 'ਤੇ ਸੱਸ ਨਾ ਹੋਵੇ। ਤੇ ਤੁਹਾਨੂੰ ਕਿਹੜਾ ਪਤਾ ਕਿ ਬੁੜੇ ਦਾ ਸਤਿਕਾਰ ਕਿਵੇਂ ਹੋਣਾ ਹੈ? ਉਹ ਵੀ ਉਦੋਂ ਜਦੋਂ ਬੁੜੇ ਕੋਲ ਨਗਦ 80,000 ਰੁਪਈਆ ਹੋਵੇ। ਚਲੋ ਛੱਡੋ, ਇਹ ਹੁਣ ਬਹਿਸ ਦਾ ਵੇਲਾ ਨਹੀਂ। ਤੂੰ ਹੁਣ ਗਲਤੀ ਨਾ ਕਰੀ ਤੇ ਬੁੜੇ ਨੂੰ ਆਪਣੇ ਹੱਥਾਂ 'ਚ ਰੱਖੀ। ਆਪਣੀਆਂ ਗਲਤੀਆਂ ਗਾਂ ਹੀ ਸੁਧਾਰ ਲਓ ਤੇ ਬੁੱਢੇ ਨੂੰ ਹੱਥਾਂ 'ਚ ਰੱਖੋ। ਬਾਬਾ ਜੀ, ਦੋ ਦੋ ਤਿੰਨ ਤਿੰਨ ਨੂੰਹਾਂ ਦੇ ਹੁੰਦਿਆਂ ਤੁਸੀਂ ਮਣ ਮਣ ਪੱਕੀ ਮੈਲ ਚੁੱਕੀ ਫਿਰੋ, ਇਹ ਚੰਗਾ ਥੋੜੀ ਲੱਗਦਾ। ਮੈਲ ਨਾਲ ਤਾਂ ਬੰਦਾ ਉਹੀ ਬਿਮਾਰ ਲੱਗਦਾ। ਮੈਂ ਨਾ ਤੁਹਾਡੇ ਵਾਸਤੇ ਨਾ ਇਹ ਕੁੜਤਾ ਪਜਾਮਾ ਲੈ ਕੇ ਆਈ ਹਾਂ, ਤੁਸੀਂ ਨਾ ਇਹ ਪਾ ਲਓ। ਅਸੀਂ ਬਾਬਾ ਜੀ ਫੈਸਲਾ ਕਰ ਰਿਹਾ, ਕੋਈ ਤੁਹਾਡਾ ਧਿਆਨ ਰੱਖੇ ਨਾ ਰੱਖੇ, ਮੈਂ ਸਾਰਾ ਸਮਝਾਤਾ। ਬਾਬਾ ਜੀ ਦਾ ਪੂਰਾ ਧਿਆਨ ਰੱਖਾ। ਇਹ ਦੇਖੋ ਨਵੇਂ ਬੂਟ ਤੁਹਾਡੇ ਵਾਸਤੇ। ਮੈਂ ਪੁਰਾਣੀ ਜੁੱਤੀ ਪਾਉਂਗਾ। ਓ ਨਹੀਂ ਬਾਬਾ ਜੀ, ਇਹ ਨਵੇਂ ਨਵੇਂ ਬੂਟ। ਬਾਬਾ ਜੀ ਕੁੜਤਾ, ਬਾਬਾ ਬੂਟ। ਬਾਬਾ ਜੀ ਓਏ, ਇਹ ਨਾ ਬਾਬਾ ਜੀ ਨਾ, ਬਾਬਾ ਜੀ ਬਾਬਾ ਜੀ ਹੁਤਾ ਦਾ ਕਰ। ਇਹ ਤਾਂ ਨਹੀਂ ਪਾਣਾ ਬਾਬਾ ਜੀ, ਆਪ ਕੋ ਆਉਣਾ। ਆਪ ਕੋ ਆਉਣਾ ਪੈਣਾ। ਇਹ ਨਹੀਂ ਤਾਂ ਅੱਜ ਪਹਿਲਾ ਕੁੜਤਾ ਜਲਦੀ ਜਲਦੀ ਪਾਓ ਨਾ ਬਾਬਾ ਜੀ। ਪੱਕੀ ਕਰੀ ਜਾਂਦੇ ਹੋ ਯਾਰ। ਬਾਬਾ ਜੀ ਪਾ ਲਓ, ਬਾਬਾ ਜੀ ਬਾਬਾ ਜੀ ਪਾ ਲਓ, ਤੁਸੀਂ ਪਾ ਕੇ ਬਹੁਤ ਸੋਹਣੇ ਲੱਗਣਾ ਹੈ ਨਾ। ਬਾਬਾ ਜੀ ਨਾ 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 ਜੁੱਤੀ ਪਾਈ ਜਾਓ, ਕਿਤੇ ਪਾਗੇ ਨਾ ਚਾਹ ਦਿਓ। ਬਾਬਾ ਜੀ ਕੰਮ ਤਾਂ ਕਰਦੇ ਹੌਲੀ ਹੌਲੀ, ਆਰਾਮ ਨਾਲ ਪਿਆਰ ਨਾਲ। ਜੀ ਜੀ ਜਮਾ ਬਾਬਾ ਜੀ ਸੰਭਾਲ ਕੇ ਕੀ ਕਰਦੇ ਹੁੰਦੇ ਜੀ? ਬਹਿ ਜਾਓ, ਬਾਪੂ ਸਾਡੇ ਹੀ ਆ। ਹਾਏ ਓਏ, ਉਹ ਜਾ ਕੱਢ। ਹਾਏ ਭਾਉ, ਬਾਪੂ ਜੀ ਕਾਲੀ ਆ, ਨਜ਼ਰ ਨਹੀਂ ਲੱਗੂਗੀ, ਨਜ਼ਰ ਨਹੀਂ ਲੱਗੂਗੀ। ਓਹ ਮੈਂ ਕਿਹਾ ਤੂੰ ਇੱਧਰ ਆ, ਇੱਧਰ ਆ ਭਾਬੀ, ਤੁਸੀਂ ਉੱਧਰ ਜਾਓ। ਓਹੋ ਸਰਪੰਚ ਲੱਗਦੇ ਆਪਣੇ ਬਾਪੂ ਜੀ। ਹਾਏ ਹਾਏ ਹਾਏ, ਮੈਂ ਮਾਰੇ ਜਾਵਾ। ਦੱਸ ਸੋਹਣਾ ਬਾਪੂ, ਕਿਸੇ ਨਾਲ ਨਹੀਂ ਹੋ ਸਕਦਾ। ਬਾਬਾ ਜੀ ਤੁਹਾਡਾ ਆਸ਼ੀਰਵਾਦ ਹੀ ਚਾਹੀਦਾ, ਤੁਹਾਡੀ ਸੇਵਾ ਚ ਮੇਵਾ ਹੀ ਮੇਵਾ ਏ। ਓ ਭਾਈ, ਆ ਤੁਸੀਂ ਕੀ ਮੈਨੂੰ ਲੀਡਰ ਜਿਹਾ ਬਣਾਤਾ ਆ? ਬਾਬਾ ਜੀ ਸਾਡੇ ਤੇ ਸਭ ਤੋਂ ਵੱਡੇ ਲੀਡਰ ਚ ਤੁਸੀਂ ਜੇ, ਸਾਡੇ ਤੇ ਪ੍ਰਧਾਨ ਮੰਤਰੀ ਤੁਸੀਂ ਜੇ। ਵੇਖੋ ਇਹਨਾਂ ਲੀਡਰਾਂ ਨੇ ਕਿਸੇ ਨੂੰ ਕੀ ਦੇ ਦੇਣਾ ਸਵਾਏ ਲਾਰਿਆਂ ਦੇ, ਤੇ ਮੈਂ ਵੀ ਤੁਹਾਨੂੰ ਕੀ ਦੇ ਸਕਦਾ ਵਾਂ? ਇਹ ਤਾਂ ਸਾਨੂੰ ਪਤਾ ਹੈ ਬਾਬਾ ਜੀ ਕਿ ਤੁਸੀਂ ਸਾਨੂੰ ਕੀ ਦੇ ਸਕਦੇ ਹੋ। ਇਹ ਸਿਆਸੀ ਲੋਕ ਬੜੇ ਮਤਲਬੀ ਹੁੰਦੇ ਆ, ਜਦੋਂ ਤੇ ਹੁੰਦੀ ਆ ਨਾ ਲੋੜ ਵੋਟਾਂ ਲੈਣੀਆਂ ਹੁੰਦੀਆਂ, ਉਦੋਂ ਗਧੇ ਨੂੰ ਬਾਪੂ ਕਹਿ ਦਿੰਦੇ ਆ, ਤੇ ਜਦੋਂ ਕੁਰਸੀ ਮਿਲ ਜਾਂਦੀ ਆ ਮਤਲਬ ਨਿਕਲ ਜਾਂਦਾ, ਫਿਰ ਤੂੰ ਕੌਣ ਤੇ ਮੈਂ ਕੌਣ? ਓ ਭਾਈ, ਇੱਥੇ ਹੈ ਕੌਣ ਨਹੀਂ ਆ, ਲੀਡਰ, ਭਾਈ, ਭੈਣ, ਭਰਾ ਸਭ ਮਤਲਬੀ ਨੇ, ਸਭ ਮਤਲਬ ਨੂੰ ਸਲਾਮਾਂ ਕਰਦੇ ਆ ਭਾਈ। ਅਸੀਂ ਤੇ ਬਾਬਾ ਜੀ ਕਿਸੇ ਮਤਲਬ ਨੂੰ ਨਹੀਂ ਤੁਹਾਡੀ ਸੇਵਾ ਹੁਣ ਕਰਦੇ। ਮੈਂ ਸਭ ਜਾਣਦਾ। ਜਿਵੇਂ ਸਾਰੇ ਟੱਬਰ ਨੇ ਪਹਿਲਾਂ ਬੰਤੇ ਨੂੰ ਉਂਗਲਾਂ ਤੇ ਨਚਾਇਆ ਹੁੰਦਾ ਹੈ, ਹੁਣ ਬੰਤਾ ਸਿੰਘ ਵੀ ਪ੍ਰਤਾਪੀ ਦੇ ਪ੍ਰਤਾਪ ਨਾਲ ਸਾਰੇ ਟੱਬਰ ਨੂੰ ਜਿਵੇਂ ਉਂਗਲਾਂ ਤੇ ਨਚਾ ਕੇ ਮੌਜਾਂ ਲੁੱਟਦਾ ਹੈ। ਇੰਜ ਸੁਣੋ। ਫਿਰਦਾ ਸਾਰਾ ਟੱਬਰ ਜੀ ਜੀ ਕਰਦਾ ਬਾਬੇ ਨੂੰ, ਫਿਰਦਾ ਸਾਰਾ ਟੱਬਰ ਜੀ ਜੀ ਕਰਦਾ ਬਾਬੇ ਨੂੰ।
ਕੱਪੜਾ ਚੱਕ ਪਾਉਣ ਦੀ ਬੇਗੀ। ਉਹ ਸੈੱਟ ਪਤਾ ਅਮਲੀਆ ਸੌ ਗਿਆ। ਉਹ ਸੈੱਟ ਦਿਨ ਕਿਹੜੀ ਨੇਰੀ ਆ ਗਈ ਆ। ਉਹ ਨੇਰੀ ਨੂਰੀ ਦਾ ਤਾਂ ਮੈਨੂੰ ਪਤਾ ਨਹੀਂ ਯਾਰ ਅਮਲੀਆ, ਉਹ ਦੇਖ ਯਾਰ ਉਹ ਕੌਣ ਤੁਰਿਆ ਆਉਂਦਾ। ਉਹ ਕੋਈ ਲੀਡਰ ਲੱਗਦਾ। ਉਹ ਆਹੋ ਵੋਟਾਂ ਚੋਂ ਆ ਗਈਆਂ, ਇਹ ਵੀ ਦੇਣ ਗਈ ਹੁਣ ਦਰਸ਼ਨ। ਸਿਆਣਿਆ ਨਹੀਂ ਗਿਆ। ਸਰਦਾਰ ਬੰਤਾ ਸਿਆ, ਉਹ ਬਹਿ ਜਾ ਬਿੰਦ ਝੱਟ ਸਾਡੇ ਕੋਲ ਵੀ। ਲੈ ਬਈ ਹਤਾਇਆ ਵੇਖ ਲਾ ਆਹ ਸਾਲਾ ਅਮਲੀ ਜਿਹਾ, ਤੈਨੂੰ ਅੱਗੇ ਬੰਤੂ ਬੜਾ ਕਿਸੇ ਤੋਂ ਬਿਨਾਂ ਗੱਲ ਨਹੀਂ ਸੀ ਕਰਦਾ ਹੁੰਦਾ, ਹੁਣ ਵੇਖ ਕਿਵੇਂ ਸਰਦਾਰ ਕਹਿੰਦਾ ਫਿਰਦਾ। ਮੈਂ ਕਿਹਾ ਸੋਰੀ ਦਿਓ, ਉਹ ਕਿਉਂ ਸਾਨੂੰ ਭਾਈਆਂ ਭਾਈਆਂ ਨੂੰ ਲੜਾਉਣ ਲੱਗੇ ਆ। ਉਹ ਮੈਂ ਤੇ ਬੰਦਾ ਸੋ ਭਾਈ ਭਾਈ ਆ। ਉਹ ਵੇਖ ਭਾਈ ਅਮਲੀਆ, ਸਾਰਾ ਦਿਨ ਬੈਠੇ ਰਹੀਦਾ, ਬਹਿ ਬਹਿ ਕੇ ਥੱਕ ਜਾਈਦਾ, ਮੁੰਡੇ ਕਿਸੇ ਕੰਮ ਨੂੰ ਹੱਥ ਹੀ ਨਹੀਂ ਲਾਉਣ ਦਿੰਦੇ। ਉਹ ਮੈਂ ਕਿਹਾ ਸਰਦਾਰ ਬੰਦਾ ਸਿਆ, ਬਈ ਇੱਕ ਗੱਲ ਦੀ ਸਮਝ ਨਹੀਂ ਆਈ, ਬਈ ਤੇਰੇ ਨੂੰਹਾਂ ਪੁੱਤਰਾਂ ਦਾ ਦਿਮਾਗ ਹਿੱਲ ਗਿਆ ਜਾਂ ਠੀਕ ਹੋ ਗਿਆ। ਕੀ ਦੱਸਾਂ ਅਮਲੀਆ, ਸਾਰੇ ਮਤਲਬ ਨੂੰ ਜੁੱਤੀਆਂ ਚੱਟਦੇ ਫਿਰਦੇ ਆ। ਵੈਸੇ ਤਾਇਆ ਇਹ ਕ੍ਰਿਸ਼ਮਾ ਹੋਇਆ ਕਿਵੇਂ? ਇਹ ਸਭ ਪ੍ਰਤਾਪੀ ਦਾ ਪ੍ਰਤਾਪ ਆ। ਕੀ ਕਿਹਾ? ਮੇਰਾ ਮਤਲਬ ਉੱਪਰ ਵਾਲੇ ਦਾ ਪ੍ਰਤਾਪ ਆ। ਵੇਖਿਓ ਕਿਤੇ ਬੁੱਢੇ ਨੂੰ ਨਾਰਾਜ਼ ਨਾ ਕਰ ਲਿਓ, ਮੈਂ ਤੇ ਨਾ ਆਪਾਂ ਸਾਰੇ ਕਿਸਮਤ ਵਾਲੇ ਹਾਂ, ਇੰਨੀ ਆਪਾਂ ਉਹਦੀ ਕੁੱਤੇ ਖਾਣੀ ਕਰਦੇ ਰਹੇ ਪਰ ਉਸ ਭਗਤ ਲੋਕ ਨੇ ਫਿਰ ਵੀ ਘਰੋਂ ਮੂੰਹ ਨਹੀਂ ਚੁੱਕਿਆ। ਪਰ ਇੱਕ ਗੱਲ ਸਮਝ ਨਹੀਂ ਆਈ, ਇੰਨਾ ਪੈਸਾ ਹੋਣ ਦੇ ਬਾਵਜੂਦ ਮੁਸ਼ਕ ਨਹੀਂ ਨਿਕਲਣ ਦਿੱਤਾ ਬੁੜੇ ਨੇ। ਬਈ ਮੈਂ ਤਾਂ ਆਪ ਹੈਰਾਨ ਆ, ਬਈ ਇੰਨਾ ਪੈਸਾ ਬੁੜੇ ਕੋਲ ਆਇਆ ਕਿੱਥੋਂ? ਮੈਨੂੰ ਲੱਗਦਾ ਬੁੜੇ ਕੋਲ ਪੁਰਾਣੀਆਂ ਟੂਮਾਂ ਹੋਣਗੀਆਂ ਅੰਗਰੇਜ਼ਾਂ ਦੇ ਵੇਲੇ ਦੀਆਂ। ਕਹਿੰਦੇ ਨੇ ਪਹਿਲੀਆਂ ਟੂਮਾਂ ਭਾਰੀਆਂ ਹੁੰਦੀਆਂ ਸੀ। ਓਏ ਭਾਵਾਂ ਅੰਗਰੇਜ਼ਾਂ ਦੇ ਟਾਈਮ ਦੀਆਂ ਹੋਣ ਜਾਂ ਬਈਆਂ ਦੇ, ਮਸਲਾ ਤੇ ਇਹ ਆ ਵਾ ਕਿ ਆਪਾਂ ਨੂੰ 80,000 ਮਿਲੂਗਾ ਕਦੋਂ? ਆਏ ਹਾਏ, ਆਪਾਂ ਨੂੰ ਤਾਂ ਪੈਸਾ ਉਦੋਂ ਹੀ ਮਿਲਣਾ ਜਦੋਂ ਬੁੜੇ ਮਰੂ। ਇਹੋ ਜਿਹੇ ਲੀਚਰ ਬੁੜੇ ਮਰਦੇ ਵੀ ਤਾਂ ਨਹੀਂ ਛੇਤੀ? ਬੁੱਢਾ ਹੈ ਵੀ ਅਜੇ ਤਕੜਾ, ਜੇ ਕਿਤੇ ਢਿੱਲਾ ਮੱਠਾ ਹੋਵੇ ਤੇ ਆਪਾਂ ਹੀ ਗੱਡੀ ਚਾੜ ਦਈਏ। ਕੋਈ ਨਾ, ਰੋਟੀ ਤਾਂ ਅਸੀਂ ਪਕਾਉਣੀ ਆ, ਢਿੱਲਾ ਮੱਠਾ ਅਸੀਂ ਕਰ ਦਿਆਂਗੇ ਆ, ਤਾਂ ਗੱਡੀ ਤੁਸੀਂ ਚਾੜ ਦਿਓ। ਮੈਂ ਕਿਹਾ ਪ੍ਰਤਾਪ ਕੁਰੇ ਘਰੇ ਹੀ ਆ। ਘਰੇ ਹੀ ਆ ਬੰਤਾ ਸਿਆ, ਆ ਜਾ ਬਹਿ ਜਾ। ਵੇ ਤੂੰ ਤਾਂ ਸਿਆਣਿਆ ਹੀ ਨਹੀਂ ਜਾਂਦਾ, ਹੱਦ ਹੋ ਗਈ ਆ। ਕਿੱਦਾਂ ਫੇ ਮੰਨਦਾ ਪ੍ਰਤਾਪੀ ਦੇ ਪ੍ਰਤਾਪ ਨੂੰ? ਮੈਂ ਕਿਹਾ ਪ੍ਰਤਾਪ ਕੁਰੇ, ਲੋਕਾਂ ਤੋਂ ਸੁਣਦੇ ਸਾਂ ਕਿ ਪ੍ਰਤਾਪੀ ਬੜੀ ਚੁਸਤ ਆ, ਮੈਂ ਤਾਂ ਅੱਖੀਂ ਵੇਖ ਲਿਆ। ਵੇ ਤੇਰੀ ਤਾਂ ਗਾਉਂ ਗਾਰੇ ਚੋਂ ਨਿਕਲ ਗਈ। ਮੈਂ ਕਿਹਾ ਜਮਾਂ ਕਤਣੀ ਨੂੰ ਫੁੱਲਾ ਦਿੱਤੇ ਆ, ਤੇਰੀ ਕਿਰਪਾ ਨਾਲ ਸਾਰਾ ਟੱਬਰ ਤੀਰੰਗ ਸਿੱਧਾ ਹੋ ਗਿਆ, ਭੁੱਖੇ ਮਰਦੇ ਸੀ, ਤੇਰੀ ਕਿਰਪਾ ਨਾਲ ਝੂਠ ਛੱਡ ਕੇ ਆਈਦੀ ਆ। ਮੈਂ ਤਾਂ ਢਾ ਦਿਆਂ ਪੁੱਲ, ਮੰਨਦਾ ਨਾ ਫਿਰ ਪ੍ਰਤਾਪੀ ਨੂੰ? ਤੈਨੂੰ ਤਾਂ ਮੈਂ ਜਵਾਨੀ ਵੇਲੇ ਦਾ ਜਾਣਦਾ ਹਾਂ, ਤੂੰ ਤੇਰੀ ਨੂੰਹ ਵੀ ਬੜੀ ਚੰਗੀ ਆ, ਉੱਚਾ ਨੀਵਾਂ ਨਹੀਂ ਬੋਲਦੀ, ਤੇਰੀ ਸੇਵਾ ਬੜੀ ਕਰਦੀ ਆ ਉਹ। ਬੰਤਿਆ ਮੈਂ ਵੀ ਜੀਰੂਆਂ ਨਾਲ ਹੀ ਸਾਰਾ ਟੱਬਰ ਸਿੱਧਾ ਕੀਤਾ ਹੋਇਆ। ਮੈਂ ਕਿਹਾ ਭਾਈ ਤੇਜ ਕੁਰੇ, ਆ ਦੁੱਧ ਦਾ ਗਲਾਸ ਤਾਂ ਲਈ। ਬਾਪੂ ਜੀ ਪਹਿਲਾਂ ਰੋਟੀ ਖਾ ਲੋ, ਕਿਹੜੇ ਵੇਲੇ ਦੀ ਮੈਂ ਪਾ ਕੇ ਰੱਖੀ, ਦੁੱਧ ਬਾਅਦ ਚੋਂ ਪੀ ਲੈਣਾ। ਖਲੋ ਜਾ ਭਾਈ ਖਲੋ ਜਾ। ਬਾਪੂ ਜੀ ਇਹ ਮੈਂ ਤੁਹਾਡੇ ਵਾਸਤੇ ਘਿਓ ਤੇ ਸ਼ੱਕਰ ਪਾ ਕੇ ਚੂਰੀ ਲੈ ਕੇ ਆਈ ਆ, ਹੋਰ ਇਹ ਵੀ ਖਾ ਲੋ। ਹੈਲੋ ਭਾਈ, ਇੰਨਾ ਮੇਰੇ ਕੋ ਕਿੱਥੇ ਖਾਦਾ ਜਾਣਾ ਵਾ? ਨਾ ਬਾਪੂ ਜੀ, ਜਿੰਨਾ ਤੁਹਾਡਾ ਦਿਲ ਕਰਦਾ ਖਾ ਲੋ, ਬਾਕੀ ਅਸੀਂ ਖਾ ਲਵਾਂਗੇ ਆ। ਹੈਂ, ਤੁਸੀਂ ਮੇਰੀ ਝੂਠ ਖਾਓਗੀਆਂ? ਲੋ ਬਾਪੂ ਜੀ ਤੁਸੀਂ ਆ ਕੀ ਕਹਿੰਦੇ ਹੋ, ਸਿਆਣੇ ਕਹਿੰਦੇ ਨੇ ਵੀ ਵੱਡਿਆਂ ਦਾ ਝੂਠਾ ਖਾਈਏ ਤੇ ਸਿਆਣਾ ਪਾਉਂਦੀ ਏ। ਖਾ ਲੋ ਚੁੱਪ ਕਰਕੇ। ਚੰਗਾ ਭਾਈ, ਤੁਹਾਡੀ ਜਿਵੇਂ ਮਰਜ਼ੀ ਹੈ। ਸਵਾਦ ਹੈ ਭਾਈ।
बापू जी ए भी तो खाओ 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 थोड़ी जी ए भी खाओ ए तो बहुत ज्यादा वा खा लो बापू जी खा लो भाई कल नु कोई झगड़ा पाइए एक गल पहले साफ की चंगी केड़ी गल साफ करनी हो कुछ पता भी लगे बुढ़िया को किन्ने पैसे है 80,000 जे 80,000 नु 4 साल भी हो गए होन ते बैंक दा ब्याज ला के 1,00,000 रुपया बन गया होना ते असी ओदे करिए दो हिस्से बराबर दे 50,000 तेरा ते 50 मेरा पर एक मसला और भी आ ओ की जे कलकत्ते वाले नु पता लग गया ते ओने भी हिस्सा मंगना है प्यो दे पैसा चो वे अकल दे अन्यो हिस्सा दा तां ही मंगो जे ओनु पता लगो तुसी टंडोरा जरूर पिटना आहो जे बुढ़ा साडे तो पड़दा रख सकदा है तां असी नहीं रख सकदे आ गल ठीक है ना आपां ओनु पता लगन दईए ते ना ही ओनु हिस्सा दईए ठीक आ बंसिया तेरी चिट्ठी आई है सरकारी लगदी है हां जी और आओ चाह पानी भाई अच्छा ब्याज वाली होनी शायद चलो अभी पता लग जू ब्याज पा के टोटल रकम कितनी बनती है नाले हिस्से बराबर हो जाएंगे मैं क्या बुढ़े नूं ना दसियो पर बुढ़ा है कित्थे ना तुसी बुढ़े तो की लेना देना अपना काम करया करो बंसिया चिट्ठी पढ़ की लिखिया ले मैं पढ़ दी हां चिट्ठी बंसे नु दे ₹1,000 रखने जरूरी हैं जेकर तुसी खाता चालू रखना चाहते हो तो अपने खाते विच पैसे जमा कराओ नहीं तो तुहाडा खाता बंद कर दिता जाएगा जुतियां की गल बई आज सारे इंज खड़े हो सारे मेरे नाल घूर घूर वेखण दा जे सुखता है वो तेनो भोलिया चौरिया वड्डा बगला भगत तू ता तू सानू मूर्ख ही समझदा रहया न कंजरा 80 रुपया मगर जीरोआ ला के सानू मूर्ख बनाया 80,000 बना के ना मेरी जान ते ना जित्ती हां जैकेट भी ला दे मेरा और कुर्ता पजामा भी ला लाओ आओ जी अगे हो गए रहन दे यार करता
ਬਈ ਮੈਂ ਤੇ ਇੱਕ ਗੱਲ ਜਾਣਦਾ ਤੇ ਬੰਦਾ ਉਹ ਸਿਆਣਾ ਜਿਹੜਾ ਵਕਤ ਵਿਚਾਰ ਲੈ ਮੈਨੂੰ ਕਈ ਸਾਲ ਪਹਿਲਾਂ ਹੀ ਸਮਝ ਲੱਗ ਗਈ ਵੀ ਆਉਣ ਵਾਲਾ ਟਾਈਮ ਬੜਾ ਮਾੜਾ ਆਉਣਾ ਬਈ ਮੈਨੂੰ ਪਿੰਡ ਵਾਲਿਆਂ ਬਥੇਰਾ ਜ਼ੋਰ ਲਾਇਆ ਉਹ ਨੱਥਾ ਸਿਆਂ ਵਿਆਹ ਕਰਵਾਉਣਾ ਪਰ ਆਪਾਂ ਨਹੀਂ ਮੰਨੇ ਉਹ ਰਿਸ਼ਤਿਆਂ ਵਾਲੇ ਤੇ ਬਥੇਰੇ ਤੁਰੇ ਫਿਰਦੇ ਸੀ ਮਗਰ ਉਹ ਤੈਨੂੰ ਧੀ ਦੇ ਕੇ ਕਿਸੇ ਨੇ ਖੂਹ ਸੁੱਟਣੀ ਆ ਉਹ ਸੋਰੀ ਦਿਆ ਬੂਥੀ ਬੰਦ ਕਰ ਉਹ ਪਤਾ ਨੀ ਤੈਨੂੰ ਮੋਹਤਬਰ ਬੰਦਿਆਂ ਨਾਲ ਕਿਵੇਂ ਗੱਲ ਕਰਨੀ ਆ ਤੂੰ ਮੈਨੂੰ ਕਹੇ ਭੈਣੇ ਟਾਈਮ ਦਾ ਨਤੀਜਾ ਲੱਗਦਾ ਨਹੀਂ ਤੇ ਆਪਦੇ ਪਿਓ ਤੋਂ ਵੱਡਿਆਂ ਕੇ ਇੱਦਾਂ ਮੂੰਹ ਪੜ ਪੜ ਨਾ ਬੋਲਦਾ ਉਹ ਮੈਨੂੰ ਪਤਾ ਸੀ ਆਉਣ ਵਾਲੇ ਮਾੜੇ ਟਾਈਮ 'ਚ ਇਹੋ ਜਿਹੀਆਂ ਲਾਦਾਂ ਹੀ ਜੰਮਣੀਆਂ ਜਿਹਨਾਂ ਮਾਂ ਪਿਓ ਨੂੰ ਜਲੀਲ ਕਰਕੇ ਧੱਕੇ ਮਾਰ ਕੇ ਘਰੋਂ ਬਾਹਰ ਕੱਢਣ ਲੱਗਿਆ ਮਿੰਟ ਨਹੀਂ ਲਾਉਣਾ ਕਮਲੀਆ ਤੂੰ ਠੰਡਾ ਹੋ ਠੰਡਾ ਵੇ ਸਰਪੰਚਾ ਜਿਹੜਾ ਹੁੰਦਾ ਨਾ ਠੰਡਾ ਉਹ ਹੁੰਦਾ ਬੰਤੂ ਵਾਂਗੂ ਨੰਗਾ ਜੀ ਇਹ ਤੇ ਸਾਰਾ ਪਿੰਡ ਹੀ ਜਾਣਦਾ ਵੀ ਬੰਤਾ ਸਾਹ ਨੇ ਕਿੰਨੀ ਮਿਹਨਤ ਕਰਕੇ ਆਪਣੇ ਔਲਾਦ ਨੂੰ ਪੜ੍ਹਾਇਆ ਤੇ ਲਿਖਾਇਆ ਉਹ ਮੈਨੂੰ ਪਤਾ ਸਰਪੰਚਾ ਜਦੋਂ ਇਹਦੇ ਘਰ ਵਾਲੀ ਪੂਰੀ ਹੋ ਗਈ ਸੀ ਇਹਨੇ ਆਪਣੇ ਹੱਥੀ ਰੋਟੀਆਂ ਪਕਾ ਕੇ ਖਵਾਇਆ ਇਹਨਾਂ ਨੂੰ ਮੇਰੇ ਖਾਤੇ ਵਿਚ 80,000 ਰੁਪਇਆ ਨਹੀਂ ਸਰਪੰਚ ਸਾਹਿਬ ਇਹ ਤਾਂ ਨਹੀਂ ਸੀ ਕਿਹਾ ਮੇਰੀ ਘਰ ਦੀ ਨੇ ਕਾਪੀ ਵੇਖੀ ਸੀ ਚੋਰੀ ਤੁਸੀਂ ਕਿਉਂ ਵੇਖੀ ਸੀ ਤੁਹਾਨੂੰ ਮੈਂ ਤਾਇਆ ਜੀ ਕਿਹਾ ਸੀ ਨਾ ਵੀ ਆਪਣੀ ਔਲਾਦ ਨੂੰ ਖੇਤੀਬਾੜੀ ਦੇ ਕੰਮ ਚਲਾਓ ਤੇ ਤੁਸੀਂ ਮੈਨੂੰ ਕਹਿੰਦੇ ਹੁੰਦੇ ਸੀ ਨਹੀਂ ਮੈਂ ਆਪਣੀ ਔਲਾਦ ਨੂੰ ਪੜਾਉਣਾ ਆ ਆਖੇ ਵਿਦਿਆ ਤਾਂ ਇਨਸਾਨ ਦਾ ਤੀਜਾ ਨੇਤਰ ਹੁੰਦਾ ਚੰਗਾ ਤੀਜਾ ਨੇਤਰ ਖੋਲਿਆ ਉਹ ਦੂਜੇ ਨੇਤਰ ਵੀ ਬੰਦ ਕਰਕੇ ਰੱਖਤੇ ਇਹਨਾਂ ਦੇ ਵੈਸੇ ਤਾਇਆ ਜੀ ਤੁਹਾਨੂੰ ਜ਼ੀਰੋਆਂ ਲਾਉਣ ਦੀ ਲੋੜ ਕੀ ਸੀ ਮੈਂ ਦੱਸਦੀ ਹਾਂ ਸਰਪੰਚ ਸਾਹਿਬ ਇਹ ਸਕੀਮ ਇਹਨੂੰ ਮੈਂ ਹੀ ਦੱਸੀ ਸੀ ਇਹਦੇ ਲਾਲਚੀ ਨੂਹਾਂ ਪੁੱਤਾਂ ਨੇ ਤਾਂ ਇਹਦਾ ਇੰਨਾ ਬੁਰਾ ਹਾਲ ਕੀਤਾ ਇਹਨੂੰ ਤਾਂ ਨੌਕਰਾਂ ਨੂੰ ਭੈੜੀ ਹਾਲਤ ਕਰ ਦਿੱਤੀ ਸਾਰਾ ਦਿਨ ਭੁੱਖਣ ਭਾਣੇ ਨੂੰ ਨੂਹਾਂ ਨੇ ਦੜਾ ਰੱਖਣਾ ਸਾਰਾ ਦਿਨ ਉਹਨਾਂ ਦਾ ਹੁਕਮ ਮੰਨਦਾ ਸੀ ਇਹ ਤਾਂ ਫਾਹਾ ਲੱਗਾ ਸੀ ਲੈਣ ਮੈਂ ਨਾ ਉੱਥੇ ਹੁੰਦੀ ਤਾਂ ਇਹਦੀ ਤਾਂ ਹੁਣ ਨੂੰ ਸਵਾਹ ਵੀ ਉੱਡ ਪੁੱਟ ਜਾਣੀ ਸੀ ਓਏ ਸ਼ਰਮ ਕਰੋ ਸ਼ਰਮ ਮਾਂ ਪਿਓ ਇੱਕ ਇਹੋ ਜਿਹੀ ਦੌਲਤ ਹੈ ਜਿਹੜੀ ਜ਼ਿੰਦਗੀ ਵਿੱਚ ਬੰਦੇ ਨੂੰ ਸਿਰਫ ਇੱਕ ਤੇ ਇੱਕ ਵਾਰ ਮਿਲਦੀ ਆ ਪੈਸੇ ਦਾ ਕੀ ਆ ਪੈਸਾ ਤੇ ਹੱਥਾਂ ਦੀ ਮੈਲ ਹੈ ਇਹ ਤੇ ਆਉਂਦਾ ਹੀ ਜਾਂਦਾ ਰਹਿੰਦਾ ਤੇ ਜੇ ਇੱਕ ਵਾਰੀ ਮਾਂ ਪਿਓ ਗਵਾਚ ਜਾਣ ਨਾ ਮੁੜ ਕੇ ਜ਼ਿੰਦਗੀ 'ਚ ਕਦੇ ਨਹੀਂ ਮਿਲਦੇ ਤੇ ਤੁਸੀਂ ਲੋਕਾਂ ਨੇ ਉਸ ਪਿਓ ਨੂੰ ਅੱਜ ਪੰਚਾਇਤ 'ਚ ਨੰਗਾ ਕਰਕੇ ਖੜਾ ਕਰ ਦਿੱਤਾ ਜਿਹਨੇ ਤੁਹਾਨੂੰ ਪੜ੍ਹਾਇਆ ਤੇ ਲਿਖਾਇਆ ਉਹ ਸ਼ਰਮ ਕਰੋ ਲਾਣਤਾ ਇਹ ਜੀ ਲਾਦ ਦੇ ਇਹ ਨਾਲ ਤਾਂ ਬੰਦਾ ਐਵੇਂ ਚੰਗਾ ਇਹ ਜੀ ਗੰਦੀ ਔਲਾਦ ਨਾਲ ਓਏ ਗੱਲ ਸੁਣੋ ਤੁਸੀਂ ਜਿਹੜੀ ਔਲਾਦ ਦੀ ਖਾਤਰ ਨਾ ਅੱਜ ਲਾਰਾਂ ਚੱਟਦੇ ਫਿਰਦੇ ਹੋ ਝੂਠ ਬੋਲਦੇ ਹੋ ਠੱਗੀਆਂ ਮਾਰਦੇ ਹੋ ਤੁਸੀਂ ਵੇਖਿਓ ਉਸੇ ਔਲਾਦ ਨੇ ਇੱਕ ਦਿਨ ਤੁਹਾਨੂੰ ਤਾਏ ਵਾਂਗੂ ਨਾ ਪੰਚਾਇਤ ਨੰਗਿਆ ਕਰਕੇ ਨਾ ਖੜਾ ਕੀਤਾ ਨਾ ਤੁਸੀਂ ਮੇਰੀ ਇਹ ਗੱਲ ਯਾਦ ਰੱਖਿਓ ਮਾਂ ਪਿਓ ਦੀ ਇੱਜ਼ਤ ਕਰੀ ਦੀ ਹੁੰਦੀ ਆ ਇਸ ਕਰਕੇ ਜੰਮੇ ਸੀ ਇਹਨੇ ਤੁਹਾਨੂੰ ਹੈਲੋ ਤਾਇਆ ਜੀ ਮੇਰਾ ਆਪਣਾ ਸਕਾ ਪਿਓ ਤਾਂ ਹੈ ਨਹੀਂ ਤੁਸੀਂ ਮੇਰੇ ਪਿਓ ਬਰਾਬਰ ਹੀ ਹੋ ਅੱਜ ਤੋਂ ਬਾਅਦ ਮੈਂ ਤੁਹਾਨੂੰ ਆਪਣੇ ਘਰ ਆਪਣੇ ਪਿਓ ਦੇ ਸਮਾਨ ਰੱਖੂੰਗਾ ¶¶
ਬਾਜੀ ਪਾਓ। ਤੁਸੀਂ ਮੇਰੇ ਪਿਓ ਬਰਾਬਰ ਹੋ। ਤਾਇਆ ਜੀ, ਅੱਜ ਤੋਂ ਬਾਅਦ ਤੁਸੀਂ ਮੇਰੇ ਘਰ ਆਓਗੇ। ਮੇਰੇ ਬੱਚੇ ਵੀ ਦਾਦੇ ਦੀ ਕਮੀ ਮਹਿਸੂਸ ਕਰਦੇ ਆ। ਸਰਪੰਚ ਸਾਹਿਬ, ਸਾਨੂੰ ਹੋਰ ਜਲੀਲ ਨਾ ਕਰੋ। ਅਸੀਂ ਪਹਿਲਾਂ ਹੀ ਬੜੇ ਸ਼ਰਮਿੰਦੇ ਆ। ਲਾਲਚ ਨੇ ਸਾਡੀਆਂ ਅੱਖਾਂ ਅੰਨੀਆਂ ਕਰ ਦਿੱਤੀਆਂ ਸੀ। ਅਸੀਂ ਪੂਰੀ ਪੰਚਾਇਤ ਤੋਂ, ਤੁਹਾਡੇ ਤੋਂ ਤੇ ਸਾਰੇ ਪਿੰਡ ਵਾਸੀਆਂ ਤੋਂ ਹੱਥ ਜੋੜ ਕੇ ਮਾਫ਼ੀ ਮੰਗਦੇ ਹਾਂ ਭਰਾਓ, ਮਾਫ਼ ਕਰ ਦਿਓ ਸਾਨੂੰ। ਮਾਫ਼ੀ ਪੰਚਾਇਤ ਕੋਲ ਨਹੀਂ, ਆਪਣੇ ਪਿਓ ਕੋਲੋਂ ਮੰਗੋ, ਜਿਹਨੂੰ ਤੁਸੀਂ ਭਰੀ ਪੰਚਾਇਤ 'ਚ ਜ਼ਲੀਲ ਕਰਕੇ ਰੱਖ ਦਿੱਤਾ। ਬਾਪੂ ਜੀ, ਸਾਨੂੰ ਮਾਫ਼ ਕਰ ਦਿਓ। ਜਿਹੜਾ ਗੁਨਾਹ ਅਸੀਂ ਕੀਤਾ ਹੈ ਉਹ ਮਾਫ਼ੀ ਦੇ ਕਾਬਲ ਤਾਂ ਨਹੀਂ। ਕਹਿੰਦੇ ਆ ਨਾ, ਪੁੱਤ ਪੁੱਤ ਹੋ ਜਾਂਦੇ ਆ, ਕਦੀ ਮਾਪੇ ਕੁਮਾਪੇ ਨਹੀਂ ਹੋਏ। ਬਾਪੂ ਜੀ, ਸਾਨੂੰ ਮਾਫ਼ ਕਰ ਦਿਓ ਬਾਪੂ ਜੀ, ਸਾਨੂੰ ਬਾਪੂ ਜੀ। ਹਾਂ ਆਓ ਬਾਪੂ ਜੀ, ਹੁਣ ਤਾਂ ਤੁਹਾਡੀ ਔਲਾਦ ਨੇ ਵੀ ਤੁਹਾਡੇ ਕੋਲ ਮਾਫ਼ੀ ਮੰਗ ਲਈ ਹੈ। ਬਾਪੂ ਜੀ, ਜੇ ਤੁਹਾਡੇ ਬੈਂਕ ਵਿੱਚ 80,000 ਰੁਪਏ ਨਹੀਂ ਨਾ ਹੈਗੇ ਤਾਂ ਵੀ ਕੋਈ ਗੱਲ ਨਹੀਂ, ਪਰ ਅਸੀਂ ਤੁਹਾਡੀ ਸੇਵਾ 80,000 ਵਾਲੀ ਕਰਾਂਗੇ। ਬਾਪੂ ਜੀ, ਹੁਣ ਤੇ ਭਾਵੇਂ ਖਾਤਾ ਹੀ ਬੰਦ ਕਰਵਾ ਦਿਓ, ਸਾਨੂੰ ਨਹੀਂ ਚਾਹੀਦਾ ਕੁਝ ਵੀ, ਅੱਖਾਂ ਖੁੱਲ ਗਈਆਂ ਸਾਡੀਆਂ। ਦੇਖੋ ਬਾਪੂ ਜੀ, ਤੁਹਾਡੀ ਪੋਤਰੀ ਤੁਹਾਨੂੰ ਲੈਣ ਆਈ ਆ। ਬਾਪੂ ਜੀ, ਤੁਸੀਂ ਘਰ ਚਲੋ, ਸਾਡਾ ਤੁਹਾਡੇ ਬਿਨਾਂ ਜੀ ਨਹੀਂ ਲੱਗਦਾ। ਹੁਣ ਸੁਧਰੀਆਂ ਬਾਬੇ ਦੀ ਫੈਮਿਲੀ। ਦੇਖਿਆ ਬੰਤਾ ਸਿਆ, ਮੰਨਦਾ ਪ੍ਰਤਾਪੀ ਦੇ ਦਿਮਾਗ ਨੂੰ, ਮੈਂ ਤੇ ਢਾ ਰਿਹਾ ਪੁੱਲ।